ਮੇਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇਹ ਬਲੌਗ ਕਰਦੇ ਹਾਂ ਸ਼ੁਰੂ ਆਪਾਂ ਅੱਜ। ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਨੱਗਰ ਦੇ ਦਰਸ਼ਨ ਕਰਾਉਣਾ। ਲਓ ਜੀ ਕਰੋ ਮੇਰੇ ਨੱਗਰ ਦੇ ਦਰਸ਼ਨ ਹਰ ਰੋਜ਼ ਦੀ ਤਰ੍ਹਾਂ। ਦੇਖੋ ਮੇਰੇ ਨੱਗਰ ਸ਼ਾਂਤ ਸ਼ਾਂਤ ਮੇਰਾ ਨੱਗਰ ਹੈ ਜਮਾਂ ਹੀ। ਕੋਈ ਤੁਹਾਨੂੰ ਇੱਥੇ ਰੌਲਾ ਰੱਪਾ ਨਹੀਂ, ਕੋਈ ਬੰਦਾ ਨਹੀਂ ਤੁਹਾਨੂੰ ਇੱਥੇ ਦੇਖਦਾ। ਕਿਉਂਕਿ ਜਿਹੜੀ ਗੱਲ ਹੈ, ਦੇਖੋ ਬੱਚੇ ਜਿਹੜੇ ਉਹ ਤਾਂ ਚਲੇ ਗਏ ਨੇ ਸਾਰੇ ਬਾਹਰ, ਠੀਕ ਹੈ ਜੀ, ਪਲੱਸ ਟੂ ਕਰਨ ਤੋਂ ਬਾਅਦ ਸਾਰੇ ਕੋਈ ਕਨੇਡਾ, ਕੋਈ ਇੰਗਲੈਂਡ, ਕੋਈ ਆਸਟ੍ਰੇਲੀਆ, ਇੱਦਾਂ ਬੈਠੇ ਨੇ ਬੱਚੇ ਸਾਡੇ ਪਿੰਡ ਦੇ ਸਾਰੇ ਹੀ। ਆਪਾਂ ਅੱਗੇ ਓਕੇ ਸਾਡੇ ਏਰੀਏ ਦੇ ਵਿੱਚ ਭਾਈ, ਹੁਣ ਜਿਹੜਾ ਤੇਂਦੂਆ ਕਹਿੰਦੇ ਸੀਗੇ ਵੀ ਰਾਜ ਪਰੇ ਆ, ਪਟਿਆਲੇ ਏਰੀਏ 'ਚ ਘੁੰਮ ਰਿਹਾ, ਉਹ ਹੁਣ ਅੱਜ ਸਾਡੇ ਏਰੀਏ 'ਚ ਪਹੁੰਚ ਗਿਆ। ਉਹਦੀਆਂ ਪੈੜਾਂ ਤੁਹਾਨੂੰ ਮੈਂ ਚੱਲਿਆ ਹੁਣ ਜਿਹੜੀ ਜਗ੍ਹਾ 'ਤੇ ਉਹਦੀਆਂ ਪੈੜਾਂ ਮਿਲੀਆਂ ਨੇ। ਕੱਲ੍ਹ ਸ਼ਾਮ ਨੂੰ ਮੈਨੂੰ ਨਹੀਂ ਸੀ ਪਤਾ ਜਿੱਥੇ ਤੇਂਦੂਆ ਕਹਿੰਦੇ ਨੇ ਵੀ ਹੁਣ ਆ ਗਿਆ ਉਸ ਜਗ੍ਹਾ 'ਤੇ। ਮੈਂ ਕੱਲ੍ਹ ਸ਼ਾਮ ਨੂੰ 6:30 ਦੀ ਗੱਲ ਹੈ, ਉੱਥੇ ਮੈਂ ਘੱਟੋ ਘੱਟ ਵੀ ਅੱਧਾ ਘੰਟਾ ਖੜ ਕੇ ਆਇਆ। ਤੁਹਾਨੂੰ ਅੱਧਾ ਘੰਟਾ ਖੜਾ ਰਿਹਾ ਮੈਂ ਉੱਥੇ, ਜੇ ਮੈਨੂੰ ਪਤਾ ਹੁੰਦਾ ਮੈਂ ਤਾਂ ਗੱਡੀ 'ਚੋਂ ਨਿਕਲਣਾ ਹੀ ਨਹੀਂ ਤਾ। ਬਿਲਕੁਲ, ਹੋਰ ਕਿਆ। ਹੁਣ ਦੇਖੋ ਬਾਈ, ਹੈ ਤਾਂ ਦੇਖੋ ਖਤਰਾ ਹੀ ਆ, ਪਰ ਦੇਖੋ ਯਾਰ ਇਹਨਾਂ ਤੋਂ ਫੜਿਆ ਨਹੀਂ ਜਾ ਰਿਹਾ ਜੰਗਲਾਂ ਤੋਂ, ਪਾਗਲਾਂ ਤੋਂ ਨਾ। ਇਹਨਾਂ ਕੋਲ ਜਾਲ ਜੂਲ ਫੜਨਗੇ, ਤੇਜ਼ ਬਹੁਤ ਹੁੰਦਾ, ਬਹੁਤ ਤੇਜ਼ ਹੁੰਦਾ, ਬਹੁਤ ਸ਼ਾਤਰ ਹੁੰਦਾ ਇਹ। ਦੇਖਦੇ ਆ ਹੁਣ, ਤੁਹਾਨੂੰ ਵੀ ਦਿਖਾਉਣਾ ਮੈਂ ਉਹਦੀਆਂ ਪੈਣਾ, ਤੇ ਜਾਂਦੇ ਆ ਉੱਥੇ ਆਪਾਂ ਪੈਣਾ ਦੇਖਦੇ ਆ, ਚੱਲਦੇ ਆ। ਪਿੰਜਰਾ ਲਾਣਗੇ ਜਿਸ ਟਾਈਮ, ਮਤਲਬ ਕੋਈ ਰੱਖਣਗੇ ਉਹਦੇ ਸਾਹਮਣੇ। ਬਹੁਤ ਵੱਡੀਆਂ ਵੱਡੀਆਂ ਪੈਣਾ ਨਹੀਂ ਹੁੰਦੀਆਂ, ਮੈਂ ਤੁਹਾਨੂੰ ਦਿਖਾਉਣਾ ਆਪਣੇ ਹੱਥ ਤੋਂ ਵੀ ਵੱਡੀਆਂ ਵੱਡੀਆਂ ਫੇਰ ਬਣੂਗਾ। ਸਾਡਾ ਜਿਹੜਾ ਪਿੰਡ ਹੈ ਉਹ ਨਹਿਰ ਦੇ ਕੰਢੇ ਤੇ ਆ, ਬਿਲਕੁਲ ਨਹਿਰ ਨਹਿਰ ਨੂੰ ਉਹ ਆਇਆ। ਤੇ ਚਲੋ ਠੀਕ ਹੈ, ਮਿਲਦੇ ਹਾਂ ਆਪਾਂ ਲੱਗਿਆ ਚਾਹ ਪੀਣ ਮਾੜਾ ਜਿਹਾ ਇੱਥੇ। ਹੁਣ ਇੱਕ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਦਿਖਾਇਆ ਸੀਗਾ ਇੱਥੇ, ਤੁਹਾਨੂੰ ਦੁਬਾਰਾ ਫਿਰ ਦਿਖਾਉਂਦੇ ਹਾਂ। ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜਿੱਥੇ ਚਿੱਤਾ ਇਸ ਟਾਈਮ ਘੁੰਮ ਰਿਹਾ ਹੈ ਨਾ, ਉੱਥੇ ਤੁਹਾਨੂੰ ਦਿਖਾ ਕੇ ਲਿਆਉਂਦਾ ਹੁਣ ਮੈਂ ਜਾ ਕੇ। ਅਤੇ ਆਪਾਂ ਪਹਿਲਾਂ ਚਾਹ ਪੀ ਲਈਏ। ਆਹ ਲੱਡੂ ਦੇ ਇੱਕ, ਲੱਡੂ ਬਹੁਤ ਘੈਂਟ ਨੇ ਇਹਨਾਂ ਦੇ, ਦੇਖੋ ਲੱਡੂ ਖਾ ਕੇ ਦੱਸ ਦਿਆਂ ਤੁਹਾਨੂੰ ਕਿਹੋ ਜਿਹਾ। ਲੱਡੂ ਤਾਜ਼ੇ ਨੇ, ਖਾਣੇ ਤਾਂ ਲੱਡੂ, ਹੋਰ ਕੀ ਖਾਣਾ ਤਾਂ ਖਾ ਲਾ, ਬਾਕੀ ਲੈਣੀ ਬਸ ਮੈਂ ਲੱਡੂ ਲੈ ਲਿਆ। ਨਾ ਨਾ ਬਰਫੀ ਲੈ ਕੇ ਜਾਣੀ ਆ, ਬਰਫੀ ਇਹਨਾਂ ਦੀ ਚੈੱਕ ਕਰਕੇ ਲਵਾਂਗੇ। ਚਾਹ ਪੀ ਲਿਆ ਅਸੀਂ ਨੇ, ਚਾਹ ਪੀ ਕੇ ਹੁਣ ਅਸੀਂ ਚੱਲੇ ਹਾਂ ਉੱਥੇ ਜਿੱਥੇ ਤੇਂਦੂਆ ਫਿਰਦਾ। ਉੱਥੇ ਹੁਣ ਤੁਹਾਨੂੰ ਵੀਡੀਓ ਬਣਾ ਕੇ ਦਿਖਾਊਂਗਾ ਨਾਲੇ ਤੇਂਦੂਏ ਦੀ। ਉੱਥੇ ਤੇਂਦੂਏ ਦੇ ਜਿਹੜੇ ਪੰਜਿਆਂ ਦੇ ਨਿਸ਼ਾਨ ਨੇ ਉਹਨਾਂ ਦੀ ਵੀਡੀਓ ਬਣਾ ਕੇ ਦਿਖਾਊਂਗਾ, ਨਾ ਕਿ ਤੇਂਦੂਆ ਦਿਖਾਊਂਗਾ। ਕਿਉਂਕਿ
ਹੋ ਸਕਦਾ ਉੱਥੇ ਘੁੰਮਦਾ ਦਿਖ ਵੀ ਜਾਵੇ, ਇਹ ਵੀ ਨਹੀਂ ਕੋਈ ਪਤਾ, ਪਰ ਤੁਹਾਨੂੰ ਮੈਂ ਨਿਸ਼ਾਨ ਜ਼ਰੂਰ ਦਿਖਾਊਂਗਾ ਤੇਂਦੂਏ ਦੇ। ਦੇਖੋ ਇਹ ਚਨਾਥਲ ਵਾਲੀ ਨਹਿਰ ਹੈ, ਇਹ ਤਿੰਨ ਜਗ੍ਹਾ ਤੋਂ ਟੁੱਟ ਗਈ। ਦੇਖੋ ਪਹਿਲਾਂ ਤਾਂ ਇੱਥੋਂ ਟੁੱਟੀ ਸਾਹਮਣੇ ਤੋਂ, ਇਹ ਆਹ ਦੇਖੋ ਇੱਥੋਂ ਟੁੱਟੀ, ਫਿਰ ਅੱਗੇ ਆ ਜਾਓ ਤੁਸੀਂ, ਫਿਰ ਐਨ ਝਾੜ ਦੀਆਂ ਜੜਾਂ ਚ ਕੰਮ ਚੱਲਦਾ ਦੇਖੋ, ਫਿਰ ਇੱਥੋਂ ਇਹਨਾਂ ਇੱਧਰ ਨੂੰ ਇੱਧਰ ਮੋੜਨਾ, ਇੱਧਰ ਨੂੰ ਮੋੜਨਾ। ਇਹ ਹੁਣ ਇਹ ਯਾਨੀ ਕਿ ਹੈ ਇੱਕ ਪਿੰਡ ਜਮਾਂ ਹੀ, ਸਾਡਾ ਪਿੰਡ ਵੀ ਨਹਿਰ ਦੀਆਂ ਜੜਾਂ 'ਚ ਵੱਸਦਾ, ਅਤੇ ਇਹ ਵੀ ਪਿੰਡ ਬਿਲਕੁਲ ਜੜਾਂ 'ਚ ਵੱਸਦਾ। ਹੁਣ ਕੰਮ ਚੱਲ ਰਿਹਾ ਦੇਖੋ, ਆਹ ਦੇਖੋ ਦੇਖਦੇ ਆ ਕਿੰਨਾ ਕੁ ਚਿਰ ਕੱਢਣਗੇ, ਥੈਲੇ ਜੇ ਲਾਈ ਤਾਂ ਜਾਂਦੇ ਨੇ, ਕਿਉਂਕਿ ਹੁਣ ਨਹਿਰ ਦੀ ਸਫਾਈ ਨਹੀਂ ਹੁੰਦੀ, ਪਹਿਲਾਂ ਨਹਿਰ ਦੀ ਸਫਾਈ ਬਹੁਤ ਹੁੰਦੀ ਸੀਗੀ। ਲਓ ਜੀ ਆਹ ਜਗ੍ਹਾ ਜਿਹੜੀ ਇੱਥੇ ਚੀਤਾ, ਇੱਥੇ ਦੇਖਿਆ ਚੀਤਾ ਸਵੇਰੇ ਬੰਦਿਆਂ ਨੇ ਆਹ ਸੜਕ 'ਤੇ। ਇੱਧਰੋਂ ਮੈਂ ਤੁਹਾਨੂੰ ਉਹਦੇ ਪੈਡ ਦੀ ਜਿਹੜੀ ਫੋਟੋ ਉਹ ਵੀ ਪਾਉਣਾ, ਉਹ ਵੀ ਤੁਸੀਂ ਦੇਖਿਓ। ਅਤੇ ਇੱਥੇ ਫਿਰਦਾ ਦੇਖਿਆ ਕਿਸੇ ਨੇ, ਉਰੇ ਇੱਕ ਘਰ ਆਊਗਾ, ਉਹ ਘਰ ਦੇ ਨੇੜੇ ਦੀ ਲੰਘਿਆ ਕਹਿੰਦੇ, ਬਾਜਰੇ ਦੇ ਵਿੱਚ ਬੜਿਆ ਉਰੇ, ਇਹ ਇੱਧਰ ਕਹਿੰਦੇ ਨੇ ਵੀ ਇੱਥੇ ਆਇਆ ਕਿਤੇ ਚੀਤਾ ਉਰੇ, ਇਹ ਆਹ ਘਰ ਤੋਂ ਅੱਗੇ ਇਹ ਉਰੇ ਕਿਤੇ ਦੱਸਦੇ ਨੇ ਵੀ ਇੱਥੇ ਕਿਤੇ। ਅੱਜ ਸਿੱਧੂ ਮੂਸੇਵਾਲੇ ਦਾ ਗਾਣਾ ਨਵਾਂ ਆਇਆ ਅਟੈਚ, ਅਤੇ ਸੁਣ ਲਿਆ ਹੋਣਾ ਸਾਰਿਆਂ ਨੇ, ਬੜਾ ਘੈਂਟ ਗਾਣਾ, ਬਹੁਤ ਸੁਪਰ ਡੂਪਰ ਹਿੱਟ ਚੱਲ ਰਿਹਾ, ਅਤੇ ਮੈਨੂੰ ਲੱਗਦਾ ਵੀ 4 ਘੰਟਿਆਂ 'ਚ 3 ਮਿਲੀਅਨ ਵਿਊ ਉਹਦੇ ਹੋ ਗਏ ਨੇ। ਹੁਣ ਦੇਖਦੇ ਆ ਬਾਕੀ, ਦੇਖਦੇ ਮੂਹਰੇ ਦੇਖ ਨਹੀਂ ਰਿਹਾ, ਜਮਾਂ ਹੀ ਦੇਖ ਨਿਆਣੇ ਅਜੇ ਪਾਗਲ ਨੇ, ਬੁਰਾ ਹਾਲ ਆ। ਦੇਖਦੇ ਇੱਧਰ ਹੈ, ਸੁਣ ਕੇ ਦੇਖੋ ਜਿਹਨੇ ਨਹੀਂ ਸੁਣਿਆ ਗਾਣਾ, ਬੜਾ ਘੈਂਟ ਗਾਣਾ, ਓਰਿਜਿਨਲ ਵੀਡੀਓ ਹੈ ਸਿੱਧੂ ਦੀ, ਅਤੇ ਦੇਖ ਲਓ ਤੁਸੀਂ ਉਹਦੀ ਵਿਚਾਰੇ ਦੀ ਆਹ ਵੀਡੀਓ ਪਈ ਸੀਗੀ ਸਾਂਭੀ, ਅਤੇ ਦੇਖ ਕੇ ਦੇਖੋ, ਓਰਿਜਿਨਲ ਵੀਡੀਓ ਹੈ ਅਤੇ ਬੜਾ ਵਧੀਆ। ਜਿਹੜੇ ਗਾਣੇ ਤੋਂ ਬਾਅਦ ਦੇ ਵਿੱਚ ਇੱਕ ਸਪੀਚ ਹੈ ਸਿੱਧੂ ਦੀ, ਉਹ ਵੀ ਬੜੀ ਬੜੀ ਵਧੀਆ, ਅਤੇ ਸੁਣ ਕੇ ਦੇਖੋ ਜਿਹਨੇ ਨਹੀਂ ਸੁਣਿਆ ਗਾਣਾ, ਬਹੁਤ ਸੋਹਣਾ ਗਾਣਾ। ਆਪਾਂ ਅੱਜ ਫਿਰ ਆਇਆ ਹੰਗਰੀ ਪੁਆਇੰਟ, ਅਤੇ ਇੱਥੋਂ ਆਪਾਂ ਲਏ ਨੇ 2 ਬਰਗਰ, ਬਰਗਰ ਵਧੀਆ ਬਣਾਉਂਦੇ ਨੇ ਬੜੇ ਮੁੰਡੇ, ਸੈਂਡ ਬਰਗਰ ਬਣਾਉਂਦੇ ਨੇ। ਹਾਂਜੀ ਪ੍ਰਧਾਨ ਜੀ, ਕੀ ਹਾਲ ਹੈ? 2 ਬਰਗਰ ਬਣਾ ਦਿਓ ਗ੍ਰਿਲ, ਨਾ ਲੈ ਕੇ ਜਾਣੇ ਨੇ, ਪੈਕ ਕਰ ਦਿਓ। ਅੱਜ ਉਹ ਮੁੰਡੇ ਨਹੀਂ ਹੈਗੇ ਤੂਏ? ਅੱਛਾ ਓਕੇ ਓਕੇ, ਲੈ ਭਾਈ ਦੇਖ ਲਓ। ਉੱਦਣ ਤਾਂ ਲਾਈਟ ਰਹਿੰਦੀ ਜਿੱਦਣ ਮੈਂ ਇੱਥੇ ਪਹਿਲਾਂ ਵੀਡੀਓ ਬਣਾਈ ਆ, ਅੱਜ ਲਾਈਟ ਹੈਗੀ ਆ। ਅੱਛਾ ਮਿਲਦੇ ਹਾਂ ਹੁਣ ਆਪਾਂ ਪਿੰਡ ਜਾ ਕੇ ਮਿਲਦੇ ਹਾਂ ਆਪਾਂ, ਓਕੇ ਕਰਦੇ ਪਿੰਡ ਆ ਕੇ। ਹੁਣ ਇਸ ਟਾਈਮ ਆ ਕੇ ਹਨੇਰਾ ਹੋਣਾ ਸ਼ੁਰੂ ਹੋ ਗਿਆ, ਜਿਹੜੀ ਕਿ ਦਿਨ ਸੱਜਿਆ ਸੂਰਜ ਡੁੱਬ ਗਿਆ, ਅਤੇ ਹੁਣ ਲਾਈਟਾਂ ਵੀ ਜਗਣ ਲੱਗ ਗਈਆਂ। ਉਹ ਦੇਖੋ ਸਾਹਮਣੇ ਸਾਰੇ ਲਾਈਟਾਂ ਲੱਗ ਗਈਆਂ, ਇਹ ਹੁਣੇ ਫਰਕ ਪਿਆ ਥੋੜ੍ਹੇ ਦਿਨਾਂ ਤੋਂ, ਸਿਰਫ 2-4 ਦਿਨਾਂ ਤੋਂ ਲਾਈਟਾਂ ਲੱਗ ਆਪਣੀ। ਲਓ ਜੀ, ਹੈਲੋ, ਕੀ ਹਾਲ ਨੇ ਭਾਈ? ਆ ਯਾਰ 10 ਰੁਪਏ ਲੈ ਲਈ ਮੇਰੇ ਤੋਂ ਮਾੜਾ ਜਿਹਾ ਗੱਡੀ 'ਚ, ਕੀ ਹਾਲ ਨੇ? ਕੋਈ ਗੱਲ ਨਹੀਂ, ਬਾਅਦ 'ਚ ਕਰ ਲਵਾਂਗੇ, ਕੋਈ ਗੱਲ ਕੋਈ ਨਹੀਂ, ਮੇਰੇ ਕੋਲ ਕੋਈ ਗੱਲ ਨਹੀਂ, ਬਾਅਦ 'ਚ ਸਹੀ। ਚਲੋ ਠੀਕ ਹੈ।
ਚਲੋ ਜੀ ਆਪਣਾ ਹੋਗਾ ਓਕੇ ਕੰਮ। 10 ਰੁਪਏ ਫੇਰ ਲੈ ਲਿਓ, ਫੇਰ ਲੈ ਲਾਂਗੇ ਕੋਈ ਗੱਲ ਨਹੀਂ। ਤੁਸੀਂ ਕਹਿੰਦਾ ਆਪਣਾ ਬਰਗਰ ਲੈ ਜਾਓ, ਮੈਂ ਕਿਹਾ ਚਲੋ ਕੋਈ ਗੱਲ ਨਹੀਂ ਭਾਈ। ਮੇਰੇ ਕੋਲ 500, ਮੈਂ ਕਿਹਾ ਵੀ ਖੁੱਲ੍ਹਾ ਨਹੀਂ, 500 ਦਾ ਹੀ ਨੋਟ ਆ ਮੇਰੇ ਕੋਲ ਤਾਂ ਬਾਈ, ਖੋਲ੍ਹ ਲਓ ਭਾਈ ਜੇ ਕੱਟਣਾ 10 ਰੁਪਏ ਕੱਟ। ਚਲੋ ਠੀਕ ਹੈ ਜੀ, ਆਪਾਂ ਨੇ ਲੈ ਲਿਆ ਸਮਾਨ ਅਤੇ ਹੁਣ ਆਪਾਂ ਚੱਲ ਪਏ ਹਾਂ ਪਿੰਡ ਵੱਲ ਨੂੰ। ਅੱਜ ਹਨੇਰਾ ਹੋ ਗਿਆ, ਨਹੀਂ ਤਾਂ ਮੈਂ ਕਦੇ ਹਨੇਰਾ ਨਹੀਂ ਕਰਦਾ, ਮੈਂ ਆਪਣਾ 5 ਵਜੇ ਤੱਕ 6 ਵਜੇ ਤੱਕ ਕੰਮ ਨਿਬੇੜ ਕੇ ਆਉਣਾ, ਟਾਈਮ ਨਾਲ ਆਪਣੇ ਪਿੰਡ ਪਹੁੰਚ ਜਾਈਦਾ। ਅੱਜ ਹਨੇਰਾ ਤਾਂ ਹੋ ਗਿਆ, ਅੱਜ ਥੋੜ੍ਹਾ ਜਿਹਾ ਕੰਮ ਜ਼ਿਆਦਾ ਸੀਗਾ ਇਸ ਕਰਕੇ ਹਨੇਰਾ ਹੋ ਗਿਆ, ਅਤੇ ਚਲੋ ਕਦੇ ਕਦੇ ਤਾਂ ਚੱਲਦਾ। ਇਹ ਜੇ ਹਰ ਰੋਜ਼ ਜਿਹੜਾ ਹਨੇਰਾ ਕਰਦਾ ਉਹ ਗਲਤ ਹੈ, ਅਤੇ ਆਪਣੇ ਕੰਮ ਦੇ ਹਿਸਾਬ ਨਾਲ ਆਪਣੇ ਟਾਈਮ ਨਾਲ ਆਪਣੇ ਘਰ ਜਾਣਾ ਚਾਹੀਦਾ ਹਰ ਇੱਕ ਨੂੰ, ਕਿਉਂਕਿ ਮੈਂ ਬਾਹਰ ਕੋਈ ਪੈਗ ਸ਼ੈਗ ਲਾਉਣਾ ਨਹੀਂ, ਆਪਾਂ ਨੇ ਕੋਈ ਪਾਰਟੀ ਸ਼ਾਰਟੀ 'ਚ ਬੈਠਣਾ ਨਹੀਂ। ਜਿਹੜੇ ਵੀ ਮੇਰੇ ਯਾਰ ਦੋਸਤ ਨੇ ਮੇਰੇ ਸਰਕਲ ਦੇ, ਉਹ ਵੀ ਸਾਰੇ ਵੈਸ਼ਨੂ ਨੇ, ਉਹ ਵੀ ਪੈਗ ਸ਼ੈਗ ਨਹੀਂ ਲਾਉਂਦੇ। ਬਸ ਅਸੀਂ ਜਿੰਨੇ ਵੀ ਯਾਰ ਦੋਸਤ ਹਾਂ ਅਸੀਂ ਟਾਈਮ ਨਾਲ ਆਪਣੇ ਘਰ ਜਾਣੇ ਜਾਂਦੇ ਹਾਂ ਸਾਰੇ, ਇਸ ਕਰਕੇ ਆਪਣਾ ਟਾਈਮ ਨਾਲ ਹੀ ਚਾਹੀਦਾ ਘਰ। ਹਾਂਜੀ ਗਾਇਜ਼, ਆਪਾਂ ਪਹੁੰਚ ਗਏ ਹਾਂ ਆਪਣੇ ਬੱਸ ਪਿੰਡ ਤੋਂ, ਸਾਰੇ ਹੀ ਕਿਲੋਮੀਟਰ ਦੂਰ ਰਹਿ ਗਏ, ਬਾਕੀ ਲਾਈਟਾਂ ਪੈ ਰਹੀਆਂ ਨੇ ਅੱਖਾਂ 'ਚ, ਅਤੇ ਹਨੇਰਾ ਹੋ ਗਿਆ, ਅਤੇ ਇੱਕ ਚੱਕਰ ਤੇਂਦੂਏ ਦਾ ਵੀ ਰੌਲਾ ਪਿਆ ਵਾ ਵੀ ਤੇਂਦੂਆ ਫਿਰਦਾ ਇੱਥੇ ਜੀ। ਚਲੋ ਆਪਾਂ ਕਿਹੜਾ ਮੋਟਰਸਾਈਕਲ 'ਤੇ ਜਾਂ ਤੁਰ ਕੇ ਜਾ ਰਹੇ ਹਾਂ ਵੀ ਆਪਾਂ ਨੂੰ ਕੋਈ ਖਤਰਾ ਹੈ, ਪਰ ਫਿਰ ਵੀ ਘਰ ਦੇ ਕੱਦੇ ਫੋਨ ਕਰਦੇ ਨੇ ਉਹ ਬਾਈ ਸਾਜਰੇ ਆ ਜਾਓ ਇੱਥੇ ਤੇਂਦੂਆ ਫਿਰਦਾ। ਮੈਂ ਕਿਹਾ ਤੇਂਦੂਆ ਕਿਤੇ ਸ਼ੀਸ਼ੇ ਭੰਨਗੇ ਥੋੜ੍ਹੀ ਵੜ ਜੂ ਵਿੱਚ। ਅਤੇ ਪਿੰਡ ਪਹੁੰਚ ਗਏ ਜੀ ਆਪਾਂ, ਬਸ ਹੁਣ ਪਿੰਡ ਪਹੁੰਚ ਕੇ ਬਲੌਗ ਕਰਦੇ ਹਾਂ ਹੁਣ ਆਪਾਂ ਆਪਣਾ ਪੂਰਾ, ਅਤੇ ਕੱਲ੍ਹ ਮਿਲਾਂਗੇ ਨਵੇਂ ਬਲੌਗ 'ਚ। ਅੱਜ ਦਾ ਬਲੌਗ ਮੇਰਾ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ, ਸ਼ੇਅਰ ਕਰਿਓ ਜ਼ਰੂਰ, ਕਮੈਂਟ ਕਰਿਓ, ਲਾਈਕ ਕਰਨਾ ਨਾ ਭੁੱਲਿਓ, ਅਤੇ ਮਿਲਦੇ ਹਾਂ ਆਪਾਂ ਸਵੇਰੇ ਨਵੇਂ ਬਲੌਗ 'ਚ। ਓਕੇ ਜੀ, ਸਤਿ ਸ਼੍ਰੀ ਅਕਾਲ, ਬਾਏ ਬਾਏ।